ਕੁਝ ਹੱਥਾਂ ਜਾਨੂੰ ਹੋਣ ਦੇ ਦਵਾਈ ਲੈ ਗਈ ਦਵਾਈ ਲੈ ਗਈ ਕੀ ਪਤਾ ਬਸ ਨੂੰ ਦੁੱਖ ਕਿਉਂ ਲਾਇਆ ਤੂੰ ਉੱਥ ਸਾਡਾ ਪੜਾ ਜਾ ਕੇ ਤਾਂ ਸਾਨੂੰ ਪੈਸੇ ਨੂੰ ਕੋਈ ਮਿਲ ਨਹੀਂ ਦਿਆ ਦਵਾਈ ਲਈਏ ਕਿੱਥੋਂ ਮੈਨੂੰ ਇਹ ਦੱਸ ਉੱਥ ਮੇਰਾ ਇਕੱਲਾ ਇਕੱਲਾ ਤਿਆਰੀ ਜਾਂਦਾ ਵਿਚਾਰਾ ਮੈਨੂੰ ਕਿੱਥੇ ਦਵਾਈ ਖਵਾਵੇ ਮੈਨੂੰ ਪਹਿਲਾਂ ਮੈਂ ਤਾਂ ਟਾਈਟ ਨਹੀਂ ਕਰਾਉਂਦੀ ਇਸੇ ਕਰਕੇ ਵੀ ਖਸਮ ਉਹ ਬੋਰਡ ਮੈਂ ਇੱਕ ਪੁੱਤਾਂ ਮਿਲਿਆ ਸੀ ਬੋਰਡ ਵਾਲੀ ਅਰਸ਼ਾ ਵਰਗੇ ਉਹ ਘਰ ਦੇ ਕੇ ਗਈ ਪੁੱਤਾ ਇੱਕ ਆਈ ਉਹਨੇ ਉਹਦੇ ਨਾਲ ਕਿਹਾ ਪੁੱਤਾਂ ਨੇ ਮੈਨੂੰ ਉੱਥੇ ਜਾਓ ਇਹੋ ਪੁੱਤਾਂ ਮਿਲਿਆ ਸੀ ਇਹ ਪੁੱਤੇ ਦਾ ਕੀ ਕਰੀਏ ਪੁੱਤਾਂ ਇਹ ਪੁੱਤੇ ਦਾ ਕੀ ਕਰੀਏ ਦੱਸ ਮੈਨੂੰ ਪੁੱਤ ਮੇਰਾ ਦਿਹਾੜੀ ਜਾਂਦਾ ਸਾਰੀ ਉਹ ਸਾਰੀ ਦਿਹਾੜੀ ਦਿਹਾੜੀ ਕਰੀ ਕਿ ਮੇਰੇ ਨਾਲ ਆਵੇ ਰੀਨਾ ਮੇਰਾ ਨਾਂ ਜੇ ਤੇ ਆਹ ਕਾਰਡ ਮੈਂ ਸੇਵਾ ਹੀ ਕਰਦੀ ਪਈ ਕਿਸੇ ਦੀ ਕੁੜੀ ਦੀ ਭਾਜੀ ਉਹਦਾ ਮਾਂ ਪਿਓ ਨਹੀਂ ਹੈਗਾ ਤੇ ਟੀਵੀ ਦੀ ਦਵਾਈ ਚੱਲਦੀ ਪਈ ਉਹਦੀ ਤੇ ਕੱਲ ਵੀ ਮੈਂ ਆਈ ਸੀ 2 ਦਿਨ ਦੀ ਦਵਾਈ ਦਿੱਤੀ ਇਹਨਾਂ ਨੇ ਕਹਿੰਦੇ ਕੱਲ ਤੁਹਾਨੂੰ ਮਹੀਨੇ ਦੀ ਜਾਂ ਹਫਤੇ ਦੀ ਮਿਲ ਜਾਏਗੀ ਅੱਜ ਆਏ ਆ ਇੱਕ ਡਾਕਟਰ ਸਾਹਿਬ 7 ਵਜੇ ਦਾ ਟਾਈਮ ਦਿੱਤਾ ਸਾਨੂੰ ਕਿ ਆ ਜਾਓ ਲਾਈਨ ਬਹੁਤ ਲੰਬੀ ਹੁੰਦੀ ਆ 10 ਵਜੇ ਟੌਰ ਨਾਲ ਆਉਂਦੇ ਆ ਤੇ ਆ ਕੇ ਜਵਾਬ ਦਿੰਦੇ ਤੇ ਵੀ ਦਵਾਈ ਨਹੀਂ ਹੈਗੀ ਤੇ ਦਵਾਈ ਤੁਸੀਂ ਬਾਹਰੋਂ ਲਓ ਬਾਹਰ ਰਾਜ ਮੈਡੀਕਲ ਸਟੋਰ ਆ ਤੇ ਉੱਥੇ ਭੇਜੀ ਜਾਂਦੇ ਸਾਰਿਆਂ ਨੂੰ ਵੀ ਉੱਥੋਂ ਲੈ ਲਓ ਉੱਥੋਂ ਤੁਹਾਨੂੰ ਮਿਲ ਜਾਏਗੀ ਹਫਤੇ ਨੰਬਰ ਵੀ ਤਾਂ ਵੀ ਇਸ ਨੰਬਰ ਤੇ ਦਵਾਈ ਜਾ ਕੇ ਲੈ ਹਾਂਜੀ ਨੰਬਰ ਦਿੱਤਾ ਨਹੀਂ ਨੰਬਰ ਨਹੀਂ ਦਿੱਤਾ ਰਾਜ ਮੈਡੀਕਲ ਸਟੋਰ ਤੋਂ ਕਹਿੰਦੇ ਤੁਸੀਂ ਦਵਾਈ ਲੈ ਲਓ ਜਾ ਕੇ ਪਰ ਸਰਕਾਰ ਤਾਂ ਕਹਿੰਦੇ ਦਵਾਈਆਂ ਅੰਦਰੋਂ ਫ੍ਰੀ ਮਿਲਦੀਆਂ ਅੱਜ ਕੱਲ੍ਹ ਹਸਪਤਾਲ ਗਰੀਬਾਂ ਨੂੰ ਕੋਈ ਫ੍ਰੀ ਦਵਾਈ ਨਹੀਂ ਆ ਫ੍ਰੀ ਦਵਾਈ ਚੱਲਦੀ ਪਰ ਉਹ ਕਹਿੰਦੇ ਇਸ ਟਾਈਮ ਦਵਾਈ ਖਤਮ ਹੋਈ ਪਈ ਹੈ ਤੇ ਲੱਗਦਾ ਨਹੀਂ ਕਿ ਕਿਸੇ ਹੋਰ ਨੂੰ ਦਵਾਈ ਜਾਣ ਪਛਾਣ ਦਵਾਈ ਦਿੱਤੀ ਜਾ ਰਹੀ ਹੈ ਹਾਂਜੀ ਉਹ ਬਾਗਬਾਨ ਨੂੰ ਦੇਈ ਜਾਂਦੇ ਆ ਜਾਂ ਫਿਰ ਜ਼ਿਆਦਾ ਕੋਈ ਬੋਲਦਾ ਤਾਂ ਉਹਨੂੰ ਦੇਈ ਜਾਂਦੇ ਆ ਮੇਰੇ ਸਾਹਮਣੇ ਦਵਾਈ ਦੇ ਦਿੱਤੀ ਆ ਪਰ ਮੈਂ ਕਿਹਾ ਵਿਚਾਰੀ ਕੁੜੀ ਹੈ ਨਹੀਂ ਕਿ ਉਹਦੇ ਅੱਗੇ ਪਿੱਛੇ ਇਹਨੂੰ ਥੋੜ੍ਹੀ ਜਿਹੀ ਦਵਾਈ ਦੇ ਦਿਓ ਕਹਿੰਦੇ ਤੁਸੀਂ ਬਾਹਰੋਂ ਲੈ ਲਓ ਦਵਾਈ ਨਹੀਂ ਹੈਗੀ ਜਿੱਥੇ ਮਰਜ਼ੀ ਹੋਰ ਵੀ ਲੋਕ ਪਰੇਸ਼ਾਨ ਹੋ ਕੇ ਚਲੇ ਗਏ ਹਾਂਜੀ ਕਿੰਨੇ ਲੋਕ ਸੀ ਜਿਹੜੇ ਪਰੇਸ਼ਾਨ ਹੋ ਕੇ ਕਲਪ ਕੇ ਚਲ ਗਏ ਆ ਅੱਛਾ ਜੀ ਕੀ ਮੰਗ ਕਰਦੇ ਸਰਕਾਰ ਤੋਂ ਬਸ ਇਹੋ ਹੀ ਕਿ ਦਵਾਈ ਜਲਦੀ ਤੋਂ ਜਲਦੀ ਆਈ ਜਾਵੇ ਕਿਉਂਕਿ ਟੀਵੀ ਦੀ ਦਵਾਈ ਬਾਹਰ ਬਹੁਤ ਮਹਿੰਗੀ ਦੇਣ ਡਿਆ ਤੇ ਗਰੀਬ ਆਦਮੀ ਨਹੀਂ ਲੈ ਸਕਦਾ ਕਿਹੜੇ ਡਾਕਟਰ ਨੇ ਕਹੀ ਬਾਹਰੋਂ ਜਾ ਕੇ ਦਵਾਈ ਦਿੰਦੇ ਇੱਥੇ ਦਵਾਈ ਸਪਲਾਈ ਕਰਦੇ ਆ ਜਿਹੜੇ ਸੁਨੀਲ ਕੁਮਾਰ ਉਹਨਾਂ ਨੇ ਕਿਹਾ ਬਾਹਰੋਂ ਹਾਂਜੀ ਜਿਹੜੇ ਕੋਈ ਚੈੱਕਅਪ ਚੱਲਦਾ ਉਹਨਾਂ ਨੇ ਨਹੀਂ ਕਿਹਾ ਨਹੀਂ ਉਹਨਾਂ ਨੇ ਨਹੀਂ ਕਿਹਾ ਜਿਹੜੇ ਦਵਾਈ ਵੰਡਦੇ ਉਹਨਾਂ ਨੇ ਕਿਹਾ ਸੁਨੀਲ ਕੁਮਾਰ ਲੱਗਦਾ ਕਿ ਮਿਲੀ ਭੁਗਤ ਹੈਗੀ ਇਹਨਾਂ ਦੀ ਮਿਲੀ ਭੁਗਤੀ ਹੈ ਭਾਜੀ ਸਾਰਿਆਂ ਨੂੰ ਦੇਈ ਜਾਂਦੇ ਆ ਤੇ ਬਸ ਜਿਹੜੇ ਨਹੀਂ ਬੋਲਦੇ ਉਹਨਾਂ ਨੂੰ ਚੁੱਪ ਕਰਕੇ ਮੈਡੀਕਲ ਸਟੋਰਾਂ ਤੇ ਦੇਈ ਜਾਂਦੇ ਤੇ ਗਰੀਬ ਆਦਮੀ ਇਸ ਕਰਕੇ ਚੱਲ ਜਾਂਦਾ ਮੈਡੀਕਲ ਸਟੋਰ ਤੇ ਕਿ ਉਹਨਾਂ ਦਾ ਕੋਰਸ ਨਾ ਟੁੱਟੇ ਫਿਰ ਦੁਬਾਰਾ ਸਟਾਰਟ ਕਰਨਾ ਪਏਗਾ ਕੀ ਮੰਗ ਕਰਦੇ ਬਸ ਦਵਾਈ ਭਾਜੀ ਮਿਲਣੀ ਚਾਹੀਦੀ ਆ ਕਿਉਂਕਿ ਇਹ ਦਵਾਈ ਬਾਹਰੋਂ ਬਹੁਤ ਮੈਡੀਕਲ ਸਟੋਰ ਵਾਲੇ ਮਹਿੰਗੀ ਦੇਣ ਡੇ ਆ ਤੇ ਟੀਵੀ ਦੀ ਦਵਾਈ ਫ੍ਰੀ ਆ ਹਾਂ ਟੀਵੀ ਰੋ ਰੁਪਏ ਹੁਣ ਤਾਂ ਦਵਾਈ ਹੈ ਨਹੀਂ ਤੁਸੀਂ ਬਾਜ਼ਾਰੋਂ ਲਾਓ ਤੇ ਪੁੱਤ ਮੇਰੇ ਕੋਲ ਤਾਂ ਕਿਰਾਏ ਜੋਗੇ ਪੈਸੇ ਨਹੀਂ ਤਾਂ ਮੈਂ ਦਵਾਈ ਕਿੱਥੇ ਤਰ੍ਹਾਂ ਲਵਾਂ ਇਕੱਲਾ ਇਕੱਲਾ ਮੇਰਾ ਪੁੱਤ ਕਮਾਉਣ ਵਾਲਾ ਉਹ ਦਿਹਾੜੀ ਗਿਆ ਤੇ ਮੈਂ ਆਪਣੀ ਧੀ ਨੂੰ ਨਾਲ ਲਿਆਈ ਹਾਂ ਤੇ ਮੇਰੇ ਕੋਲ ਪੈਸਾ 1,000 ਰੁਪਈਆ ਕਿਰਾਏ ਜੋਗੇ ਹੀ ਆ ਹੁਣ ਮੈਂ ਦਵਾਈ ਕਿਰਾਏ ਜੋਗੀ ਪੈਸੇ ਕਿੱਥੋਂ ਨਾ ਮੈਨੂੰ ਪੈਸੇ ਦੇ ਦਿਓ ਤੇ ਮੈਂ ਦਵਾਈ ਲੈ ਜਾਂਦੀ ਹਾਂ ਕਿੰਨਾ ਚਿਰ ਹੋਗਾ ਤੁਹਾਡਾ ਲਾਜ ਇਹ ਮੇਰਾ ਹੋ ਗਿਆ 2 ਹਫ਼ਤੇ ਦਾ ਪਹਿਲਾਂ ਵੀ ਦਵਾਈ ਕਈ ਵਾਰ ਲੈ ਗਏ ਨਾ ਖੜਿਆ ਹੋਵੇ ਦਵਾਈ ਮੇਰੇ ਕੋਲ ਪਹਿਲਾਂ ਅੰਦਰੋਂ ਮਿਲਦੀ ਜੇ ਬਾਹਰੋਂ ਮੈਂ ਅੰਦਰੋਂ ਵੀ ਦਿੱਤੀ ਇੰਨਾ ਮੁੱਲ ਬਾਹਰੋਂ ਵੀ ਦਿੱਤੀ ਮੁੱਲ ਅੰਦਰੋਂ ਮੁੱਲ ਮਿਲਦੀ ਹੈ ਹਾਂ ਨਹੀਂ ਬਾਹਰੋਂ ਅੱਛਾ ਕੀ ਕਹਿੰਦੇ ਬਾਹਰੋਂ ਲੈ ਲਓ ਹਾਂ ਹੁਣ ਵੀ ਆਉਂਦੇ ਬਾਹਰੋਂ ਜਦ ਲਿਖ ਦਿੰਦੇ ਬਾਹਰੋਂ ਲੈ ਲਓ ਕਿਹੜੇ ਡਾਕਟਰ ਕੋਲ ਤੁਹਾਡਾ ਇਲਾਜ ਚੱਲਦਾ ਇਹ ਡਾਕਟਰ ਤੁਹਾਨੂੰ ਪਤਾ ਉਹ ਇੱਦਾਂ ਵੀ ਮੋਟਾ ਜਿਹਾ ਉਹਦਾ ਹੀ ਤੇ ਕਿ ਤੁਸੀਂ ਦਵਾਈਆਂ ਵਾਲੇ ਕੋਲ ਗਏ ਕੀ ਕਹਿੰਦਾ ਫਿਰ ਆਪਾਂ ਇਹ ਆਉਂਦਾ ਵੀ ਦਵਾਈ ਹੈ ਨਹੀਂ ਕਿ ਸਾਡੇ ਕੋਲ ਬਾਜ਼ਾਰੋਂ ਲਓ ਤੇ ਕਿਸੇ ਦੁਕਾਨ ਦਾ ਨਾਮ ਦੱਸਿਆ ਜਿਹਨਾਂ ਨੇ ਤੁਹਾਨੂੰ ਨੰਬਰ ਬਾਹਰ ਆਉਂਦੇ ਦੁਕਾਨ ਹੈਗੀਆਂ 2-3 ਅੱਛਾ ਜੀ ਨਾਂ ਦੁਕਾਨ ਤੇ ਤੁਹਾਨੂੰ ਭੇਜ ਨਾਂ ਨਹੀਂ ਦੱਸਿਆ ਕੀ ਕਹਿੰਦੇ ਕਿਹੜੀ ਦੁਕਾਨ ਤੋਂ ਲੈ ਲਓ ਨਾਂ ਨਹੀਂ ਦੱਸਿਆ ਉਹ ਦੱਸਿਆ ਵੀ ਦੁਆ ਬਾਹਰ ਦੁਕਾਨਾਂ ਨੇ ਜਾ ਕੇ ਮਾਤਾ ਪਰਚੀ ਦਿੱਤੀ ਕੋਈ ਤੁਹਾਨੂੰ ਨਾ ਪਰਚੀ ਕੋਈ ਨਹੀਂ ਦਿੱਤੀ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਮਿਲੀ ਭੁਗਤ ਤਾਂ ਹੈਗੀ ਹੈ ਉਹ ਹੁੰਦੀ ਆ ਵਰਕਾ ਵਿਖਾ ਲਓ ਤੇ ਦਵਾਈ ਲੈ ਲਓ ਜਾ ਕੇ ਤੁਹਾਨੂੰ ਲੱਗਦਾ ਕਿ ਕਹਿੰਦੇ ਸਰ ਇੱਥੇ ਦਵਾਈਆਂ ਖਤਮ ਹੋਈਆਂ ਹਾਂ ਦਵਾਈਆਂ ਦੇ ਪਿੱਛੋਂ ਨਹੀਂ ਆਉਣ ਡੀਆਂ
ਹੋਰਾਂ ਨੂੰ ਦਵਾਈ ਦਿੰਦੇ ਨੇ? ਕਈਆਂ ਨੂੰ ਦੇਣ, ਤਿੰਨਾਂ ਚੌਂ ਮੁੰਡਿਆਂ ਨੂੰ ਦੇਤੀ ਆ। ਅੱਛਾ, ਜਾਣ ਪਛਾਣ ਵਾਲਿਆਂ ਨੂੰ ਦਿੰਦੇ ਨੇ? ਹਾਂ ਹਾਂ, ਸਾਨੂੰ ਅੱਜ ਤਰਲੇ ਲੈਣ ਦਾ। ਗਰੀਬ ਬੰਦੇ ਦੀ ਕੋਈ ਹੈਲਪ ਨਹੀਂ ਕਰਦਾ? ਨਹੀਂ, ਕੋਈ ਨਹੀਂ ਹੈਲਪ ਕਰਦਾ। ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਸਰਕਾਰ ਨੂੰ ਕੀ ਕਹਿਣਾ ਵੀ ਜਾਂ ਸਾਡੀ ਜਾਨ ਕੱਢ ਲਓ ਅਤੇ ਜਾਂ ਸਾਨੂੰ ਦਵਾਈ ਭੇਜ ਦਿਓ। ਤੁਹਾਡੇ ਬੱਚੇ ਜਿੰਦੇ ਨੂੰ ਜਾਣ ਕਿਤੇ ਉਹ ਕੁਛ ਹੱਲ ਆ, ਜਾਂ ਸਾਨੂੰ ਟੀਕਾ ਲਵਾ ਜਾਓ ਆਣ ਕੇ। ਕਿਉਂ ਬੱਚੇ ਸਰ ਦੁਖੀ ਹੋਏ ਆ ਅਤੇ ਮੈਂ ਵੀ ਦੁਖੀ ਹੋਈ ਹਾਂ। ਉਸ ਤੋਂ ਪਹਿਲੇ ਵੀ ਤੁਹਾਨੂੰ ਇਹਨਾਂ ਨੇ ਖਰਚਾ ਖਰਾਬੀ ਕੀਤੀ ਕਿ ਅੱਜ? ਨਹੀਂ ਨਹੀਂ, ਅੱਜ ਹੀ ਕੀਤੀ, ਉਸ ਦਿਨ ਮੈਂ ਦੇਤੀ ਹਾਂ। ਉਸ ਦਿਨ ਟੈਸਟ ਵੀ ਕਰਾਏ ਸੀ, ਥੁੱਕਦਾ ਵੀ ਤੈਨੂੰ ਹੈਗੀ ਮਾਤਾ, ਖਰਚਾ ਖਰਾਬੀ ਕੀਤੀ ਅੱਜ ਕੀਤੀ, ਅੱਜ ਆਉਂਦੇ ਹੈਗੀ ਨਹੀਂ ਦਵਾਈ ਨਹੀਂ ਹੈਗੀ। ਹੁਣ ਤੁਸੀਂ ਕੀ ਮੰਗ ਕਰੋਗੇ? ਕੀ ਮੰਗ ਕਰਦੇ ਹਾਂ? ਦਵਾਈ ਦਿਓ। ਟੀ ਬੀ ਦੀ ਦਵਾਈ ਜਿਹੜੀ ਹੈ ਸ਼ੋਰਟੇਜ ਸੀਗੀ, ਉਹ ਅਸੀਂ ਖਰੀਦ ਲਈ ਹੈ ਅਤੇ ਦਵਾਈ ਆ ਗਈ ਹੈ। ਠੀਕ ਹੈ, ਦਵਾਈ ਹੁਣ ਮਿਲਣੀ ਸ਼ੁਰੂ ਹੋ ਜਾਏਗੀ ਸਾਰਿਆਂ ਨੂੰ। ਪਰ ਤੁਹਾਡਾ ਮੈਡੀਕਲ ਦੇ ਸਟੋਰ ਤੇ ਬੈਠਾ ਹੋਇਆ, ਉਹ ਕਹਿੰਦਾ ਬਾਹਰੋਂ ਜਾ ਕੇ ਪੁਰਾਣੇ ਮੈਡੀਕਲ ਸਟੋਰ ਤੋਂ ਲੈ ਲਓ, ਸਾਡੇ ਕੋਲ ਕੋਈ ਦਵਾਈ ਨਹੀਂ। ਔਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਾਣ ਪਛਾਣ ਵਾਲਿਆਂ ਨੂੰ ਦਵਾਈ ਦਿੱਤੀ ਜਾ ਰਹੀ ਹੈ, ਗਰੀਬ ਬੰਦੇ ਆਉਂਦੇ ਨੇ ਉਹਨਾਂ ਨੂੰ ਕੋਈ ਦਵਾਈ ਨਹੀਂ? ਨਹੀਂ, ਇੱਦਾਂ ਕੋਈ ਨਹੀਂ ਹੈ, ਅਸੀਂ ਕਿਸੇ ਨਾਲ ਕਦੇ ਵੀ ਭੇਦਭਾਵ ਨਹੀਂ ਕਰਦੇ। ਠੀਕ ਹੈ, ਸਾਰਿਆਂ ਨੂੰ ਦਵਾਈ ਜੇ ਆਏਗੀ ਤਾਂ ਸਾਰਿਆਂ ਨੂੰ ਦਵਾਈ ਮਿਲਦੀ ਹੈ, ਔਰ ਦਵਾਈ ਆ ਗਈ ਹੈ ਇਹ ਹੁਣ ਮੈਂ ਕਨਫਰਮ ਕੀਤਾ। ਠੀਕ ਹੈ, ਔਰ ਦਵਾਈ ਮਿਲਣੀ ਸ਼ੁਰੂ ਹੋ ਜਾਏਗੀ ਹੁਣ ਤੋਂ ਹੀ। ਗਰੀਬ ਲੋਕ ਬਾਹਰ ਰੋ ਰੋ ਕੇ ਦਵਾਈ ਪਾ ਰਹੇ ਨੇ? ਇੱਦਾਂ ਨਹੀਂ ਜੀ, ਕੋਈ ਦਵਾਈ ਨਹੀਂ ਪਾ ਰਿਹਾ ਜੀ, ਅਤੇ ਕੋਈ ਇੱਦਾਂ ਨਹੀਂ ਹੈ। ਅਸੀਂ ਸਾਰਿਆਂ ਨੂੰ ਦਵਾਈ ਦੇ ਰਹੇ ਹਾਂ, ਜਿਹੜੀ ਵੀ ਹੈ ਅਸੀਂ ਪਰਚੇਜ਼ ਕਰ ਲਈ। ਅਸੀਂ 2.5 ਲੱਖ ਦੀ ਮੈਡੀਸਨ ਲਈ ਹੈ ਇਸ ਪਰ। ਠੀਕ ਹੈ, ਉਹ ਆ ਗਈ ਹੈ ਮੈਡੀਸਨ। ਠੀਕ ਹੈ, ਅੱਜ ਮੈਡੀਸਨ ਆ ਗਈ ਹੈ ਸਾਡੇ ਕੋਲ, ਹੁਣੇ ਆ ਰਿਹਾ ਮੇਰੇ ਕੋਲ, ਹੁਣੇ ਫੋਨ ਆਇਆ, ਅਤੇ ਅਸੀਂ ਸਾਰਿਆਂ ਨੂੰ ਮੈਡੀਸਨ ਦੇ ਦੇਣੀ, ਕੁਛ ਸਟੇਟ ਤੋਂ ਵੀ ਆ ਰਹੀ ਹੈ। ਦਵਾਈ ਫਿਲਹਾਲ ਮਤਲਬ ਨਹੀਂ ਹੈ, ਪਰ ਆ ਗਈ ਹੈ ਮਤਲਬ ਦਵਾਈ। ਠੀਕ ਹੈ, ਹੁਣ ਦਵਾਈ ਮਤਲਬ ਜਿਹੜਾ ਟਰੱਕ ਹੈ ਉਹ ਆ ਗਿਆ, ਮੈਂ ਹੁਣੇ ਤੁਹਾਨੂੰ ਦੱਸਦਾ, ਉਹ ਲੁਪਿਨ ਵਾਲੇ ਨਾਲ ਗੱਲ ਹੋਈ ਹੈ। ਠੀਕ ਹੈ, ਉਹਨਾਂ ਨੇ ਕਿਹਾ ਵੀ ਕਨਫਰਮ ਕਰਤਾ। ਨਹੀਂ ਨਹੀਂ ਕੋਈ ਨੀ, ਉਹ ਅਸੀਂ ਮੈਂ ਦੇਖੂਗਾ, ਕੋਈ ਨੀ। ਅੱਛਾ, ਕੋਈ ਨੀ, ਮੈਂ ਉਹ ਚੀਜ਼ ਨੂੰ ਉੱਚਾ ਆਪਾਂ ਸੀਰੀਅਸਲੀ ਲਵਾਂਗੇ। ਕੋਈ ਵੀ ਇੱਦਾਂ ਸਾਡਾ ਕੋਈ ਮੁਲਾਜ਼ਮ ਕੋਈ ਗਲਤ ਬਿਹੇਵ ਕਰਦਾ, ਅਸੀਂ ਉਹਨੂੰ ਬਹੁਤ ਸੀਰੀਅਸਲੀ ਲੈਂਦੇ ਹਾਂ। ਠੀਕ ਹੈ, ਕੋਈ ਇੱਦਾਂ ਦਾ ਨਹੀਂ ਹੋਏਗਾ। ਅਸੀਂ ਇੰਨੇ ਸਾਲਾਂ ਦਾ ਪ੍ਰੋਗਰਾਮ ਚੱਲ ਰਿਹਾ ਹੈ, ਬਹੁਤ ਅੱਛਾ ਚੱਲ ਰਿਹਾ ਪ੍ਰੋਗਰਾਮ। ਠੀਕ ਹੈ, ਸਾਰਿਆਂ ਨੂੰ ਵਧੀਆ ਮਤਲਬ ਅੱਛਾ ਚੱਲ ਰਿਹਾ, ਅਤੇ ਕੋਈ ਵੀ ਇੱਦਾਂ ਦੀ ਗੱਲ ਡਿਸਿਪਲਿਨ ਵਾਲੀ ਗੱਲ ਹੈ ਉਹ ਅਸੀਂ ਦੇਖਾਂਗੇ। ਕੋਈ ਲੋਕਾਂ ਦਾ ਕਹਿਣਾ ਕਿ ਬਾਲ ਮੈਡੀਕਲ ਸਟੋਰ ਨਾਲ ਇਹਨਾਂ ਦੀ ਮਿਲੀ ਭੁਗਤਣਾ, ਸਾਰਾ ਕੰਮ ਹੋ ਰਿਹਾ, ਰਾਜ ਮੈਡੀਕਲ ਸਟੋਰ ਆ, ਸਾਰਿਆਂ ਨੂੰ ਉੱਥੇ ਭੇਜਦੇ ਦਵਾਈਆਂ ਲੈਣ ਵਾਸਤੇ? ਨਹੀਂ, ਉਹ ਦੇਖੋ ਉਸ 'ਚ ਅਸੀਂ ਕਿਸੇ ਨੂੰ ਕਦੇ ਵੀ ਸਾਡਾ ਨਾ ਹੀ ਕੋਈ ਮੁਲਾਜ਼ਮ ਭੇਜਦਾ, ਨਾ ਹੀ ਅਸੀਂ ਭੇਜਦੇ ਹਾਂ। ਬਾਕੀ ਟੀ ਵੀ ਹਸਪਤਾਲ ਵੀ ਇੱਥੇ ਆ, ਉਹਨਾਂ ਦੇ ਮੁਲਾਜ਼ਮ ਵੀ ਹੈਗੇ ਆ। ਠੀਕ ਹੈ ਨਾ, ਅਤੇ ਸਾਡਾ ਕਦੇ ਵੀ ਕੋਈ ਅਸੀਂ ਨਹੀਂ ਕਰਦੇ, ਅਸੀਂ ਤਾਂ ਪ੍ਰੋਗਰਾਮ ਸਾਰਾ ਚਲਾ ਰਹੇ ਹਾਂ, ਇੰਨੇ ਸਾਲਾਂ ਤੋਂ ਚੱਲ ਰਿਹਾ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਠੀਕ ਹੈ, ਅੱਜ ਦਵਾਈ ਆ ਗਈ ਹੈ, ਅੱਜ ਦਵਾਈ ਸਾਰਿਆਂ ਨੂੰ ਅਸੀਂ ਦੇ ਦਾਂਗੇ। ਠੀਕ ਹੈ, ਕੀਪਰ ਵੱਲੋਂ ਬਕਾਇਦਾ ਫੋਨ ਨੰਬਰ ਦਿੱਤਾ ਜਾਂਦਾ ਵੀ ਇਸ ਫੋਨ ਨੰਬਰ ਤੇ ਅਗਲੇ ਹਫਤੇ ਤੁਸੀਂ ਫੋਨ ਲੱਗਿਆ ਦਵਾਈ। ਦੇਖੋ, ਐਲੀਗੇਸ਼ਨ ਹੈ, ਦੇਖੋ ਇਦਾਂ ਨਹੀਂ, ਅਸੀਂ ਕਦੇ ਵੀ ਕੋਈ ਨਹੀਂ ਦਿੰਦਾ। ਨੰਬਰ ਦਿੱਤਾ ਨਾ ਸਾਰਿਆਂ ਨੂੰ, ਮੈਂ ਸਾਡੇ ਕੋਲ ਸਾਡੇ ਕੋਲ ਪ੍ਰੂਫ ਹੈ, ਵਿਦ ਪ੍ਰੂਫ ਹੈ, ਜੀ ਵਿਦ ਪ੍ਰੂਫ ਹੈ। ਨਹੀਂ, ਉਹ ਫਿਰ ਮੈਂ ਦੇਖ ਲੈਣਾ, ਕੋਈ ਨਹੀਂ। ਕੀ ਐਕਸ਼ਨ ਲਿਆ ਜਾਏਗਾ ਸਟੋਰ? ਠੀਕ ਹੈ, ਜੋ ਵੀ ਅਗਰ ਹੋਏਗਾ, ਜੋ ਵੀ ਅਪਰੋਪਰੀਏਟ ਐਕਸ਼ਨ ਹੈ ਅਸੀਂ ਲਵਾਂਗੇ, ਕੋਈ ਪ੍ਰੋਬਲਮ ਨਹੀਂ। ਅਗਰ ਜਿਹੜੇ ਜੇ ਆਉਂਦੀ ਹੈ ਤਾਂ ਸਾਨੂੰ ਠੀਕ ਹੈ, ਬਾਅਦ ਜਾ ਕੇ ਦੇਖੋਗੇ ਵੀ ਬਾਅਦ ਲੋਕ ਖੱਜਲ ਹੋ ਰਹੇ ਬਾਹਰ। ਕੋਈ ਨਹੀਂ ਜੀ, ਹੁਣ ਮੈਡੀਸਨ ਆ ਰਹੀ ਹੈ, ਅਸੀਂ ਉਹਨਾਂ ਨੂੰ ਲੋਕਾਂ ਨੂੰ ਰੋਕ ਦਿੰਦੇ ਹਾਂ। ਠੀਕ ਹੈ, ਤੇ ਜਿਹੜੇ ਲੋਕਾਂ ਨੂੰ ਅੱਜ ਟਾਈਮ ਦਿੱਤਾ ਸੀ ਉਹਨਾਂ ਨੂੰ ਮੈਡੀਸਨ ਕਿੱਥੋਂ ਲੈਣਗੇ? ਇਹ ਟਰਾਂਸਪੋਰਟ ਵਾਲਾ ਹੀ ਤਾਂ ਇਹ ਫੋਨ ਆ ਰਿਹਾ। ਠੀਕ ਹੈ, ਤਾਂ ਜਿਨ੍ਹਾਂ ਨੂੰ ਅੱਜ ਦਾ ਟਾਈਮ ਦਿੱਤਾ ਸੀ ਉਹ ਰੋਕ ਦਿੰਦੇ ਹਾਂ, ਉਹਨੂੰ ਹਜੇ ਮੈਡੀਸਨ ਆਉਣ ਦੀ, ਹੁਣ ਹੀ ਦੇ ਦੇਣੇ ਮੈਡੀਸਨ। ਗਰੀਬ ਪਰਿਵਾਰ ਜਿਹੜੇ ਕਿਰਾਇਆ, ਸਾਰੇ ਗਰੀਬ ਪਰਿਵਾਰ, ਦੇਖੋ ਟੀ ਵੀ ਦਵਾਈ ਗਰੀਬ ਪਰਿਵਾਰ 'ਚ ਹੀ ਹੁੰਦੀ ਹੈ। ਮੈਂ ਹੁਣੇ ਆ ਰਹੀ ਹੈ, ਇੱਕ ਮਿੰਟ ਮੈਨੂੰ। ਹੈਲੋ, ਹਾਂਜੀ, ਬਿਲਕੁਲ ਮਿਲੀ ਆ। ਉਹ ਕਹਿੰਦੀ ਪਹਿਲਾਂ ਹੀ ਮੈਂ ਦਵਾਈ ਲੈਣ ਆਈ ਹਾਂ ਅਤੇ ਮੈਨੂੰ ਬਾਹਰੋਂ ਹੀ ਦਵਾਈ ਲੈਣੀ ਪੈਂਦੀ, ਇੱਥੇ ਮੈਨੂੰ ਕਦੇ ਵੀ ਦਵਾਈ ਨਹੀਂ ਮਿਲਦੀ। ਨਹੀਂ ਨਹੀਂ, ਇੱਦਾਂ ਨਹੀਂ, ਕਦੇ ਵੀ ਨਹੀਂ ਇੱਥੇ ਹੁੰਦਾ। ਸਾਡੇ ਕੋਲ ਤਾਂ ਸਾਰੇ ਦਵਾਈਆਂ ਹੁੰਦੀਆਂ, ਇਹ ਕਦੇ ਵੀ ਨਹੀਂ ਇੱਦਾਂ ਹੁੰਦਾ। ਠੀਕ ਹੈ, ਟੀ ਵੀ ਹਸਪਤਾਲ ਇੱਥੇ ਨਾਲ ਹੈ। ਠੀਕ ਹੈ ਨਾ, ਟੀ ਵੀ ਹਸਪਤਾਲ ਦੇ ਡਾਕਟਰਸ ਅਲੱਗ ਹੁੰਦੇ ਆ, ਅਸੀਂ ਡੀ ਐੱਚ ਐੱਸ ਤੋਂ ਹੈ, ਡਾਇਰੈਕਟਰ ਹੈਲਥ ਸਰਵਿਸਿਸ ਤੋਂ। ਸਾਡੇ ਕੋਲ ਤਾਂ ਕਲੀਅਰ ਇੰਸਟਰਕਸ਼ਨਸ ਹੈ, ਕੋਈ ਦਵਾਈ ਬਾਹਰੋਂ ਨਹੀਂ ਆਉਂਦੀ। ਸਭ ਸਾਰੀ ਦਵਾਈ, ਟੀ ਵੀ ਦਵਾਈ ਸਾਰੀ ਹਮੇਸ਼ਾ ਅੰਦਰੋਂ ਮਿਲਦੀ, ਕਦੇ ਵੀ ਨਹੀਂ ਹੁੰਦਾ। ਸਟੋਰ ਕੀਪਰ ਦੀ ਟਾਈਮਿੰਗ ਕੀ ਹੈ?
ਸਟੋਰ ਕੀਪਰ ਦੇ ਸਾਰਿਆਂ ਦੇ 8 ਤੋਂ 2 ਦਾ ਟਾਈਮ ਹੈ। 10 ਵਜੇ ਆਇਆ ਸਵੇਰੇ, ਤਾਂ ਹਾਜ਼ਰੀ ਚੈੱਕ ਕਰੋ, ਬਾਹਰ ਜਾ ਕੇ ਜੇ ਕੈਮਰੇ ਲੱਗੇ ਕੈਮਰੇ ਚੈੱਕ ਕਰੋ, 10 ਵਜੇ ਇੱਥੇ ਆਇਆ ਤਾਂ ਉਹ ਲੋਕਾਂ ਨੇ ਮਿਸਬਿਹੇਵ ਕਰਨ ਦੇ ਆ ਜਾਓ। ਨਹੀਂ ਨਹੀਂ ਦੇਖੋ, ਮੈਂ ਉਹਨੂੰ ਬੁਲਾ ਕੇ ਦੇਖ ਲੈਣਾ ਜੀ, ਇੱਦਾਂ ਜੇ ਕੋਈ ਵੀ ਅਲੀਗੇਸ਼ਨ ਹੁੰਦੀ ਹੈ ਕੋਈ ਗੱਲ ਕੀਤੀ ਹੈ ਨਾ, ਸਾਡਾ ਬੜਾ ਮਿਸਬਿਹੇਵ ਨਾ। ਅੱਛਾ ਕੋਈ ਨਹੀਂ, ਮੈਂ ਬੁਲਾ ਲੈਣਾ, ਕੋਈ ਨਹੀਂ ਮੈਂ ਦੇਖ ਲੈਣਾ।